नसीहत नसीहत बुरे कम दा बुरा नतीजा चंगे दा चंगा सच्चाई दी जित हमेशा कहिंदा हर एक बंदा नसीहत नसीहत नीयत नसीयत नसीयत पानी वार बंदे दिए मैं बंदा बंदी बार करे बेबी आँख के चाब दे क्यों पहने क्यों हो गया तुमने क्यों हो गया तुमने मैंने तो सुनो सही बेबी तारी से पली इस दुनिया में नहीं रहे तू झूठ बोल दे मैंने सब पता है जे तू मेरे सामने नहीं रोंदा तो आनी बहानी रोना बिल्कुल नहीं रोंदा मैं नहीं रोऊंगा कि उन्होंने मेरी कोई परवाह नहीं मैंने मेरी कोई परवाह नहीं कोई परवाह नहीं थोड़े जो पैसे चाहिए ओए तू पैसे ना फिक्र ना कर जिन्ने आखेंगे तेनू अन्ने मिल जाएंगे तेरे मुंह च पर जे कम कर सकदा ते कर शेर बन के तू ओनू प्यार नाल समझा भी ना पिया करे ओ तू रहन दे तू जानी है वो किन्ना दुखी है वो ते कहंदा तारी ते पाली दा पाली दी मौत दा जिम्मेवार ओही है यार कहंदा है कुछ लै दे के ते आपां राजीनामा कर लिए ਹੁਣ ਪੁਲਿਸ ਦਾ ਵਾਸਤਾ ਜਿਸ ਨਾਲ ਪਿਆ ਹੈ ਉਸਦਾ ਨਾਂ ਦਿਲਾਵਰ ਬਖਸ਼ੀ ਹੈ ਮੈਨੂੰ ਪਤਾ ਤੂੰ ਮੇਰੇ ਨਾਲ ਨਾਰਾਜ਼ ਹੈ ਪਰ ਮੈਂ ਬਾਹਰ ਵੀ ਕੋਈ ਚੈਨ ਨਾਲ ਨਹੀਂ ਬੈਠਾ ਸਾ ਤੇਰੇ ਮੂੰਹ ਚ ਨਾਲੇ ਤੈਨੂੰ ਪਤਾ ਹੋਣਾ ਚਾਹੀਦਾ ਹੈ ਇਸ ਕੇਸ ਵਿੱਚ ਮੇਰਾ ਵੀ ਨਾਲ ਖਾਤਾ ਧਿਆਨ ਸੇ ਉਹਨੇ ਤੇ ਜੇ ਮੈਂ ਮਿਲਣ ਆ ਜਾਂਦਾ ਤੇ ਪੁਲਿਸ ਨੇ ਫੜ ਕੇ ਮੈਨੂੰ ਅੰਦਰ ਕਰ ਦੇਣਾ ਸੀ ਤੇ ਫਿਰ ਬਾਹਰ ਦੀ ਭੱਜਾ ਨਸੀ ਕੌਣ ਕਰਦਾ ਤੇਰੇ ਮੂੰਹ 'ਚ ਉਹ ਤੁਹਾਨੂੰ ਤਾਂ ਪਤਾ ਮਨੀਮ ਜੀ ਕਿ ਤੁਸੀਂ ਮੇਰੇ ਬਸ ਸਭ ਕੁਛ ਹੋ ਮੈਨੂੰ ਤਾਂ ਐਂ ਲੱਗਿਆ ਸੀ ਕਿ ਜਿਵੇਂ ਇਸ ਮੁਸੀਬਤ ਘੜੇ ਵਿੱਚ ਤੁਸੀਂ ਮੇਰਾ ਡਰ ਕੇ ਸਾਹ ਛੱਡ ਗਏ ਹੋ ਓਏ ਇਹ ਕਿਵੇਂ ਹੋ ਸਕਦਾ ਤੂੰ ਇਹ ਸੋਚਿਆ ਵੀ ਕਿਉਂ ਤੈਨੂੰ ਪਤਾ ਹੋਣਾ ਚਾਹੀਦਾ ਤੇਰੇ ਮੂੰਹ 'ਚ ਮੈਂ ਤੈਨੂੰ ਪੁੱਤਾਂ ਤੋਂ ਵੱਧ ਪਿਆਰ ਕੀਤਾ ਪਿਓ ਬਣ ਕੇ ਪਾਲਿਆ ਮੈਂ ਤੈਨੂੰ ਤੇ ਕੋਈ ਵੀ ਪਿਓ ਇਹੋ ਜਿਹਾ ਕਿਹੜਾ ਹੈ ਜਿਹੜਾ ਇਹੋ ਜਿਹੀ ਮੁਸੀਬਤ ਦੇ ਵਿੱਚ ਆਪਦੇ ਪੁੱਤ ਨੂੰ ਭੁੱਲ ਜੇ ਤੂੰ ਇਹ ਸੋਚਿਆ ਵੀ ਕਿਉਂ ਅੱਛਾ ਉਹ ਗੁਲਾਬ ਨੂੰ ਮਿਲਿਆ ਸੀ ਮੈਂ ਗਿਆ ਸਾ ਉਹਦੇ ਘਰੇ ਉਹ ਇੱਥੇ ਹੈ ਨਹੀਂ ਫਿਰ ਹੁਣ ਕੀ ਹੋ ਉਹ ਮੇਰੀ ਫੋਨ 'ਤੇ ਗੱਲ ਹੋ ਗਈ ਆ ਉਹਦੇ ਨਾਲ ਉਹ ਕਹਿੰਦਾ ਸੀ ਤੁਸੀਂ ਕੋਈ ਫਿਕਰ ਨਾ ਕਰੋ ਮੈਂ ਸਭ ਕੁਛ ਕਰ ਲੂੰਗਾ ਫਿਕਰ ਕਰਨ ਦੀ ਬਿਲਕੁਲ ਲੋੜ ਨਹੀਂ ਉਹਨੂੰ ਸਭ ਫਿਕਰ ਹੈ ਇਸ ਗੱਲ ਦਾ ਮੈਨੂੰ ਤਾਂ ਪਤਾ ਉਹ ਐਂ ਕਹੂਗਾ ਮੇਰੀ ਗੱਲ ਸੁਣ ਉਹ ਰਣਵੀਰ ਇੰਸਪੈਕਟਰ ਨਾ ਆ ਜੇ ਕਿਤੇ ਮੈਂ ਚੱਲਦਾ ਉਦੋਂ ਪਹਿਲਾਂ ਹੀ ਬੜਾ ਹਰਬ ਆਦਮੀ ਹੈ ਕਿਸ ਦੇ ਨਾਚ ਵਿੱਚ ਆਉਂਦਾ ਨਹੀਂ ਮੈਂ ਤਾਂ ਬਹੁਤ ਕੋਸ਼ਿਸ਼ ਕੀਤੀ ਹੈ ਪਰ ਤੂੰ ਪਰਦੇ ਪਾਣੀ ਪੈਣ ਨਹੀਂ ਦਿੰਦਾ ਤੂੰ ਫਿਕਰ ਨਾ ਕਰ ਮੈਂ ਬਹੁਤ ਪੱਚਾ ਨਸੀ ਕਰੀ ਜਾਂਦਾ ਤੇ ਜਿੰਨਾ ਤੱਕ ਤੇਰੀ ਜਵਾਨ ਨਹੀਂ ਨਾ ਜਵਾਨ ਤੇ ਨਹੀਂ ਨਾ ਹੁੰਦੀ ਮੈਂ ਚੈਨ ਨਾਲ ਨਹੀਂ ਬਹਿੰਦਾ ਤੇਰੇ ਮੂੰਹ 'ਚ ਠੀਕ ਹੈ ਠੀਕ ਹੈ ਆਹੋ ਫਿਕਰ ਕਰਨ ਦੀ ਲੋੜ ਨਹੀਂ ਮੈਂ ਛੇਤੀ ਜਵਾਨਤ ਕਰਾ ਲੂੰਗਾ ਤੇਰੀ ਕਰੋ ਜੀ ਹੋਰ ਕੋਈ ਓਏ ਮੇਰੇ ਬਿਸਤਰੇ ਪਿਆ ਨਾ ਆ ਕੇ ਉਹ ਨਿਮਿਆ ਨਿਮਿਆ
ਉਹ ਕੋਠੇ ਜਾ ਕੇ ਆਪਣੇ ਬਿਸਤਰੇ ਸੌ। ਆਦੂ ਇਹੀ ਯਾਰ ਤੇਰੇ ਵਾਲੀ ਮੈਂ। ਚੰਗਾ ਬਾਈ ਤੂੰ ਪਿਆਰਾ ਉੱਥੇ ਤੇ ਮੈਂ ਜਾ ਕੋਠੇ ਤੇਰੇ ਬਿਸਤਰੇ ਸੌਣਾ। ਜਾਵਾਂ ਜਾਣਾ ਹੀ ਪੈਣਾ। ਚੰਗਾ ਬਾਈ। ਕੀ ਗੱਲ ਅਜੇ ਤੱਕ ਸੁੱਤਾ ਪਿਆ? ਸੂਰਜ ਸਿਰ ਤੇ ਚੜਾ ਆ, ਜਾਗ ਨਹੀਂ ਆਈ? ਬਾਪੂ ਉੱਠ, ਚਾਹ ਪੀ ਲਾ। ਬਾਪੂ 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 ਉੱਠ, ਬਾਪੂ 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 ਬੇਬੇ 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 ਬਾਪੂ ਨੂੰ ਵੇਖੀ ਗਿਆ ਵਾ। ਬਾਪੂ ਨੂੰ ਵੇਖੀ ਗਿਆ। ਜਾ ਤੂੰ ਬਾਪੂ ਨੂੰ ਬੁਲਾ ਕੇ ਲਿਆ। ਇੱਥੇ ਕੀ ਕਰਦੇ? ਬੇਬੇ ਵੇਖੀ ਬਾਪੂ ਨੂੰ ਜਾ। ਪਾਲੀ ਦੇ ਬਾਪੂ, ਪਾਲੀ ਦੇ ਬਾਪੂ, ਪਾਲੀ ਦੇ ਬਾਪੂ, ਪਾਲੀ ਦੇ ਬਾਪੂ। ਬੇ ਸੁਣਦਾ ਨਹੀਂ ਤੂੰ? ਪਾਲੀ ਦੇ ਬਾਪੂ, ਪਾਲੀ ਦੇ ਬਾਪੂ, ਆਏ ਵੇ ਲੋਕ ਕੋਈ ਹੈ ਇੱਥੇ? ਮੈਂ ਮੈਂ ਲੁੱਟੀ ਗਈ, ਮੈਂ ਮੈਂ ਪੱਟੀ ਗਈ, ਮੈਂ ਤੂੰ ਕਹਿ ਕੇ ਕਿਉਂ ਨਹੀਂ ਗਿਆ ਵੇ ਮੈਨੂੰ? ਆਏ ਵੇ ਚੰਦਰਿਆ, ਮੈਨੂੰ ਛੱਡ ਕੇ ਤੁਰ ਗਿਆ ਤੂੰ। ਮੈਨੂੰ ਪਿਆ, ਮੈਂ ਤੇਰਾ ਬਾਪੂ ਹੈ ਨੀ, ਤੂੰ ਕਿੱਥੇ ਡਾਕਟਰ ਨੂੰ ਬੁਲਾਉਣੀ ਹੈ? ਮੈਂ ਚੰਦਰਿਆ, ਮੈਨੂੰ ਦੱਸਦਾ ਜਾਂਦਾ ਤੂੰ। ਪਾਲੀ ਦੇ ਬਾਪੂ, ਮੈਂ ਕੁਛ ਤਾਂ ਬੋਲ, ਕੁਛ ਤਾਂ ਬੋਲ ਕੇ ਮੈਂ ਬਿਨਾਂ ਦੱਸੇ ਤੁਰ ਗਿਆ ਤੂੰ, ਸਾਨੂੰ ਮਾਂ ਪੁੱਤਾਂ ਨੂੰ ਛੱਡ ਗਿਆ ਵੇ। ਕੀ ਹੋ ਗਿਆ ਪੁੱਤ? ਬਾਪੂ ਬਾਪੂ ਵੀ ਛੱਡ ਕੇ ਤੁਰ ਗਿਆ ਮਾਮਾ। ਓਏ ਮੌਤ ਨੇ ਤੁਹਾਡੇ ਰਾਹੀਂ ਲਾ ਲਿਆ ਮੇਰੀ ਭੈਣ ਦੇ ਘਰ। ਰੱਬਾ ਦੋ ਲੈ ਕੇ ਤੈਨੂੰ ਸਬਰ ਨਹੀਂ ਸੀ ਆਇਆ, ਤੀਜਾ ਵੀ ਲੈ ਗਿਆ। ਕੀ ਵਿਗਾੜਿਆ ਸੱਚ ਤੇਰਾ? ਕਿਉਂ ਸਾਡੀਆਂ ਖੁਸ਼ੀਆਂ ਤੇਤੋਂ ਚੱਲੀਆਂ ਨਹੀਂ ਜਾਂਦੀਆਂ? ਮੈਂ ਤਾਂ ਲੁੱਟਿਆ ਹੀ ਗਿਆ, ਮੈਂ ਤਾਂ ਹੁਣ ਬਰਦਾਸ਼ਤ ਨਹੀਂ ਹੁੰਦਾ। ਮੌਤ ਮੈਨੂੰ ਕਿਉਂ ਨਹੀਂ ਆਉਂਦੀ ਮਾਮਾ, ਮੈਨੂੰ ਕਿਉਂ ਨਹੀਂ ਆਉਂਦੀ? ਸਾਰੇ ਵਾਰੋ ਵਾਰੀ ਤੁਰੀ ਜਾਂਦੇ ਨੇ, ਪਤਾ ਨਹੀਂ ਮੈਂ ਕੀ ਪਾਪ ਕੀਤੇ ਨੇ ਜੋ ਸਾਰੇ ਦੁੱਖ ਮੇਰੇ ਹਿੱਸੇ ਹੀ ਆ ਗਏ ਨੇ ਮਾਮਾ। ਤੇਰੀ ਮਾਂ ਕਿੱਥੇ ਹੈ ਪੁੱਤ? ਅੰਦਰ ਬੈਠੀ ਨਾ ਤਾਂ ਕਿਸੇ ਨਾਲ ਗੱਲ ਕਰਦੀ ਨਾ ਹੀ ਰੋਂਦੀ ਹੈ। ਕੀ ਕਰੇ,
एक तो बाद एक क्या टूट पिया मेरी भैन से, घर तबाह हो गया मेरी भैन का। रब्बा ओनू ये सब कुछ सहन करन दी हिम्मत दे रब्बा। ਹਰੇਕ ਕੰਮ ਦੇ ਵਿੱਚ ਕਾਹਲੀ ਕਰਦੇ ਨੇ, ਹਰੇਕ ਕੰਮ ਚ ਇਹਨਾਂ ਨੇ ਆਪ ਤਾਂ ਡੁੱਬਣਾ ਸੀ, ਮੈਨੂੰ ਡੋਬਣ ਦਾ ਵੀ ਇੰਤਜ਼ਾਮ ਕਰਿਆ ਇਹਨਾਂ। ਉਹ ਕਿੱਥੇ ਮਰ ਗਿਆ ਸੁੱਖਿਆ? ਓਏ ਤੂੰ ਇੱਥੇ ਘੋੜੇ ਵੇਚ ਕੇ ਸੁੱਤਾ ਹੈ, ਪਿੰਡ ਚ ਮੈਂ ਕੀ ਹਾਹਾਕਾਰ ਮੱਚੀ ਹੋਈ ਹੈ। ਉਹ ਕੀ ਹੋ ਗਿਆ ਮੁਨੀਮ ਜੀ, ਬੜਾ ਸਾਣ ਬਣਿਆ ਫਿਰਦਾ ਸੀ, ਉਹ ਸਾਨੂੰ ਮਾਰਨ ਪਿਆ ਸੀ ਸਾਨੂੰ। ਰਾਤ ਉਹਨੂੰ ਮੈਂ ਗੱਡੀ ਚੜ ਆਇਆ। ਉਹ ਤੂੰ ਸਾਡੀਆਂ ਬੇੜੀਆਂ ਚ ਬੱਠੇ ਪਾ ਆਇਆ ਮੂਰਖਾ, ਤੂੰ ਸਾਡੀਆਂ ਬੇੜੀਆਂ ਚ ਬੱਠੇ ਪਾ ਆਇਆ। ਪਰ ਹੁਣ ਕੀ ਅਮਨੀਮ ਜੀ, ਤੁਸੀਂ ਆਪੇ ਤੇ ਕਿਹਾ ਸੀ। ਮੈਂ ਤੈਨੂੰ ਕੀ ਕਿਹਾ ਸੀ? ਮੈਂ ਤੈਨੂੰ ਇਹ ਨਹੀਂ ਕਿਹਾ ਸੀ ਵੀ ਤੱਤਾ ਤੱਤਾ ਫੱਕੋ। ਓਏ ਮੂਰਖਾ, ਮੈਂ ਤੈਨੂੰ ਨਿੰਮੇ ਨੂੰ ਮਾਰਨ ਵਾਸਤੇ ਭੇਜਿਆ ਸੀ, ਤੂੰ ਧਿਆਨ ਸਿੰਘ ਦਾ ਕਤਲ ਕਰ ਗਿਆ ਹੈ, ਹਾਂ, ਜਿਹੜਾ ਸਾਡਾ ਕਿਸੇ ਵੀ ਕੰਮ ਦਾ ਨਹੀਂ। ਓਏ ਮੂਰਖਾ, ਉਹਦੀਆਂ ਤਾਂ ਪਹਿਲਾਂ ਹੀ ਸਿਰਾਂ ਚ ਲੱਤਾਂ ਸੀ, ਉਹਨੇ ਅੱਜ ਨਾ ਤਾਂ ਕੱਲ ਆਪਦੀ ਮੌਤ ਆਪ ਵੀ ਮਰ ਜਾਣਾ ਸੀ। ਓਏ ਤੂੰ ਉਹਨੂੰ ਮਾਰ ਕੇ ਕਿਉਂ ਆਉਂਦੇ ਸਿਰ ਪਾਪ ਚੜਾ ਲਿਆ ਤੇਰੇ ਮੂੰਹ ਚ? ਪਰ ਉੱਥੇ ਤਾਂ ਨਿੰਮਾ ਸੁੱਤਾ ਹੁੰਦਾ ਸੀ। ਪਰ ਰਾਤ ਨਿੰਮੇ ਦੀ ਥਾਂ ਧਿਆਨ ਸਿੰਘ ਸੁੱਤਾ ਸੀ। ਮੈਂ ਤੈਨੂੰ ਦੱਸਾਂ, ਤੂੰ ਸਾਡੇ ਗੱਦ ਦੇ ਵਿੱਚ ਹੱਡੀ ਤਾਂ ਉਸੇ ਤਰ੍ਹਾਂ ਫਸੀ ਦੀ ਫਸੀ ਛੱਡਤੀ। ਚੱਲ ਕੋਈ ਨਹੀਂ, ਉਸ ਦੀ ਵਾਰੀ ਵੀ ਆ ਜਾਊਗੀ। ਨਹੀਂ, ਇਹ ਕੰਮ ਅਸੀਂ ਐਡੀ ਛੇਤੀ ਨਹੀਂ ਕਰ ਸਕਦੇ, ਪਿੰਡ ਦੇ ਵਿੱਚ ਪੂਰੀ ਹਾਹਾਕਾਰ ਮੱਚੀ ਹੋਈ ਹੈ, ਹੁਣ ਤਾਂ ਸਾਡੇ ਤੇ ਸਿੱਧਾ ਹੀ ਸ਼ੱਕ ਜਾਊਗਾ ਕਿ ਕਤਲ ਅਸੀਂ ਕੀਤਾ ਹੈ। ਇਹ ਕੰਮ ਐਡੀ ਛੇਤੀ ਨਹੀਂ ਕਰ ਸਕਦੇ। ਹੁਣ ਕੀ ਕੀਤਾ ਜਾਵੇ? ਹੁਣ ਐ ਕਰ, ਤੂੰ 2-4 ਦਿਨਾਂ ਵਾਸਤੇ ਇਸ ਪਿੰਡ ਚੋਂ ਤਿੱਤਰ ਬਿੱਤਰ ਹੋ ਜਾ, ਗਾਇਬ ਹੋ ਜਾ। ਜਦੋਂ ਕੰਮ ਠੰਡਾ ਪੈ ਗਿਆ ਫਿਰ ਆ ਜੀ, ਉੱਡ ਜਾ ਇੱਥੋਂ, ਬਸ ਕਿਸੇ ਨੂੰ ਪਤਾ ਨਾ ਲੱਗੇ ਤੇਰੇ ਮੂੰਹ ਚ। ਤੇਰਾ ਰੰਗ ਕਿਉਂ ਉੱਡਿਆ ਹੈ ਈਸ਼ੋਦਿਆ? ਦਲੇਰ ਬਣ ਦਲੇਰ, ਕਤਲ ਕਰਨ ਲੱਗੇ ਨਹੀਂ ਘਬਰਾਇਆ ਹੈ ਤੇ ਹੁਣ ਕੀ ਹੋ ਗਿਆ ਹੈ? ਤੁਸੀਂ ਆ ਗਏ ਹੋ, ਮੇਰੇ ਮਨ ਕਹਿੰਦਾ ਹੁਣ ਬਿਲਕੁਲ ਸਭ ਕੁਝ ਠੀਕ ਠਾਕ ਹੋ ਜੂ। ਇੱਕ ਗੱਲ ਤਾਂ ਮੈਨੂੰ ਦੱਸ, ਤੈਨੂੰ ਇਹ ਖੁਦ ਕਤਲ ਕਰਨ ਦੀ ਕੀ ਜ਼ਰੂਰਤ ਪਈ ਹੈ? ਇਹ ਬੰਦੇ ਇਹ ਕਰਿੰਦੇ ਰੋਟੀਆਂ ਖਾਣ ਵਾਸਤੇ ਤੇ ਵਿਹਲੇ ਬਿਠਾਉਣ ਵਾਸਤੇ ਰੱਖੇ ਹੋਏ? ਉਹ ਬਸ ਬੜੇ ਭਾਈ, ਐਵੇਂ ਗੁੱਸਾ ਜਾ ਗਿਆ ਸੀ। ਇਸ ਕਰਕੇ ਤੇ ਦਿਲਾਵਰ ਬਖਸ਼ੀ ਹਮੇਸ਼ਾ ਕਹਿੰਦਾ ਹੈ, ਆਪਣੇ ਗੁੱਸੇ ਉੱਪਰ ਕਾਬੂ ਪਾਉਣਾ ਸਿੱਖ। ਗੁੱਸੇ ਵਿੱਚ ਕੀਤਾ ਹੋਇਆ ਕੋਈ ਵੀ ਕੰਮ ਆਦਮੀ ਨੂੰ ਮੁਸੀਬਤ ਵਿੱਚ ਫਸਾ ਦਿੰਦਾ ਹੈ, ਜਿਵੇਂ ਤੂੰ ਫਸ ਗਿਆ ਹੈ। ਜਿਸ ਤਰ੍ਹਾਂ ਮਰਜ਼ੀ ਕਰੋ ਤੁਸੀਂ, ਜਿਸ ਤਰ੍ਹਾਂ ਮਰਜ਼ੀ ਕਰੋ, ਪਰ ਮੈਨੂੰ ਇਸ ਮੁਸੀਬਤ ਤੋਂ ਛੁਟਕਾਰਾ ਦਿਵਾਓ। ਦੋ ਦੋ ਕਤਲ ਤੇ ਛੁਟਕਾਰਾ ਬੜਾ ਔਖਾ ਕੰਮ ਹੈ। ਜਿਸ ਤਰ੍ਹਾਂ ਮਰਜ਼ੀ ਕਰੋ, ਪਰ ਤੁਸੀਂ ਤੁਸੀਂ ਮੈਨੂੰ ਇੱਥੋਂ ਬਾਹਰ ਕੱਢੋ। ਕਢਾਉਣਾ ਤਾਂ ਪੋਸੀ ਤੈਨੂੰ, ਕਢਾਉਣਾ ਪੋਸੀ, ਆਖਰ ਤੂੰ ਸਾਡਾ ਯਾਰ ਹੈ, ਵੇਲੇ ਕੋਲੇ ਸਾਡੇ ਕੰਮ ਆਇਆ ਹੈ, ਕਢਾਉਣਾ ਤਾਂ ਤੈਨੂੰ ਪੋਸੀ। ਬਾਕੀ ਦਿਲਾਵਰ ਬਖਸ਼ੀ ਦੇ ਤੇ ਭਰੋਸਾ ਰੱਖ, ਇਹਨਾਂ ਲੋਹੇ ਦੀਆਂ ਸਲਾਖਾਂ ਦੇ ਵਿੱਚ ਇੰਨੀ ਤਾਕਤ ਨਾ ਹੋ ਸੀ ਕਿ ਦਿਲਾਵਰ ਬਖਸ਼ੀ ਦੇ ਦੋਸਤ ਨੂੰ ਬਹੁਤ ਦੇਰ ਤੱਕ ਜੇਲ੍ਹ ਦੇ ਵਿੱਚ ਰੱਖ ਸਕਣ। ਛੇਤੀ ਕੱਢ ਸਾ, ਭਰੋਸਾ ਰੱਖ। ਵੀਰ, ਮੈਂ ਪੱਕਾ ਇਰਾਦਾ ਕਰ ਲਿਆ, ਮੈਂ ਇਸ ਪਿੰਡ ਵਿੱਚ ਨਹੀਂ ਰਹਿਣਾ। ਪਰ ਕਿਉਂ? ਇਉਂ ਘਰ ਛੱਡ ਕੇ ਜਾਣਾ ਬੜਾ ਔਖਾ ਹੁੰਦਾ। ਘਰ? ਘਰ ਤਾਂ ਬੰਦਿਆਂ ਨਾਲ ਹੁੰਦਾ, ਚੀਜ਼ਾਂ ਨਾਲ ਥੋੜ੍ਹੀ ਘਰ ਹੁੰਦਾ। ਮੈਨੂੰ ਪਤਾ ਉਹਨਾਂ ਨੇ ਨਿੰਮੇ ਨੂੰ ਵੀ ਨਹੀਂ ਛੱਡਣਾ। ਤੈਨੂੰ ਪਤਾ ਹੈ ਇੱਕ ਵਾਰੀ ਉਹ ਨਿੰਮੇ ਨੂੰ ਵੀ ਮਾਰਨ ਆ ਗਏ ਸੀਗੇ। ਪਰ ਇਉਂ ਡਰ ਕੇ ਜਾਣਾ ਵੀ ਠੀਕ ਨਹੀਂ ਹੈ। ਮੈਨੂੰ ਤਾਂ ਡਰ ਲੱਗਦਾ, ਨਿੰਮਾ 24 ਘੰਟੇ ਗੁੱਸੇ 'ਚ ਭਰਿਆ ਰਹਿੰਦਾ, ਮਰਨ ਮਾਰਨ 'ਤੇ ਤਿਆਰ ਰਹਿੰਦਾ। ਜੇ ਉਹਨੂੰ ਕੁਛ ਹੋ ਗਿਆ ਤਾਂ ਮੈਂ ਕੀ ਕਰੂੰਗੀ? ਮੈਨੂੰ ਤਾਂ ਉਹਦੀ ਜ਼ਿੰਦਗੀ ਦੀ ਸਲਾਮਤੀ ਚਾਹੀਦੀ ਹੈ, ਚੀਜ਼ਾਂ ਦਾ ਕੀ ਹੈ, ਜਿੱਥੇ ਜਾਵਾਂਗੇ ਬਣ ਜਾਣਗੀਆਂ। ਪਰ ਨਿੰਮਾ ਨਹੀਂ ਮੰਨਣ ਲੱਗਾ। ਮੈਂ ਉਹਨੂੰ ਵਾਸਤੇ ਪਾ ਕੇ ਮਨਾ ਲੂੰਗੀ, ਤੂੰ ਸਾਡਾ ਕਿਤੇ ਦੂਰ ਇੰਤਜ਼ਾਮ ਕਰਦੇ ਵੀਰੇ। ਕਿਤੇ ਕਿਉਂ? ਤੂੰ ਆਪਣੇ ਭਰਾ ਕੋਲ ਨਹੀਂ ਰਹਿ ਸਕਦੀ? ਮੈਂ ਪੇਕੇ ਘਰ ਨਹੀਂ ਜਾਣਾ ਵੀਰੇ। ਪਰ ਕਿਉਂ? ਮੈਂ ਤੁਹਾਡੇ 'ਤੇ ਬੋਝ ਨਹੀਂ ਬਣਨਾ ਚਾਹੁੰਦੀ। ਅੱਜ ਕਹੀ ਭੈਣ ਮੁੜ ਕੇ ਨਾ ਕਹੀ, ਭੈਣਾਂ ਕਦੇ ਵੀ ਭਰਾਵਾਂ 'ਤੇ ਬੋਝ ਨਹੀਂ ਹੁੰਦੀਆਂ, ਸਮਝਿਆ?
नाले तैनू साडी कड़ी गल तो लगा कि असं तैनू बोझ समझते हैं। वो भाभी तेरी तेज ते जान दिंदी है, तेरे भतीजे भतीजियां तैनू हथी छावा करते हैं। यही तो मैं चाहनी हाँ भी साडा प्यार बनिया रहे। व्याह तो बाद वो मेरा घर नहीं वीरे, वो तेरा घर है, असीं तो तेरे घर के परौने हाँ। भैन इस घर में तेरा बराबर का हिस्सा है, तू अद की मालक है, जे कहें तो मैं अज ही लिख दिना। तुम जीवन वास्ते रहो, उस घर तो मैं तीले जिनी चीज नहीं लैना चाहती, मैं तो प्यार की भुखी हाँ, मैं जमीन की करनी है, मैं तो तुम चाहिए हो वीरे। पर मैं तो हर वेले तेरे नाल हाँ भैन। फिर वीर तू साडा कितने होर इंतजाम कर दे। चल कुछ दिन तो पिंड चल, फिर हौली सहज देख लवेंगे जगह, निम्मे ने सलाह कर लै। निम्मिया तेरे नाल गल करनी है। हाँ दस मामा। तेनू तो पता है घर में की कुछ बीतिया, साडा तो लक ही टुट गया। इतों के हालात देखते हुए हूँ इतने रहना ठीक नहीं। क्यों? तेरी माँ नूं डर है कि शेरे के बंदे तेरे ते मुड़ के हमला ना कर देन। तेनू तो पता है कि शेरे के बंदे ने तेनू मारन की कीती सी, ते सानू भाईए की जान तो हाथ धोने पै गए। फिर की सोचा मामा? ये पिंड छड्डन सोच रहे हैं। डर के? नहीं पुत, अपने आप नूं बचाउण वास्ते। मां मैं पिंड छड के नहीं जाना, मैनू उन्हां दा डर नहीं मारिया होया, मैं इत्थे रहांगा। नाले जिहड़ी कसम मैं तारी ते पाली दी चिता ते खाधी होई है ना, उहनूं मैं पूरी करके ही सा लऊंगा। केड़ी कसम खाधी है वे तूं? मैनू वी तां कुछ पता लगे। तारी ते पाली दे कातलां नूं सज़ा मैं दऊंगा। मैं निम्मिया ये कम कानून दा है, असीं की करना है? मामा कानून ने कुछ नहीं करना, मैनूं पता है। क्यों नहीं करना कानून ने? जो साडा केस अदालत च लग्या है तो अदालत ही फैसला करूगी। मां उन्होंने कानून नूं भी खरीद लेना, कानून उन्होंने वर्गे बंदे का कुछ नहीं बिगाड़ सकता, इसे करके ये कम मैनू ही करना पैना। मैं उस मुनीम ते शेरे नूं ऐसी मौत मारूंगा ना, याद करनगे। तू कल्ला की करेगा पुत, वह बड़े जालिम ने, असीं उन्हां दा मुकाबला नहीं कर सकते। मैनू भावें अपनी जान गवाउणी पवे पर मैं उन्हां दा बीज नाश करके रहूंगा। हाँ तो पाली तो तारी की रूह में चैन मिलेगा। मेरा की बनूंगा पुत, ये सोचे कदे? मैं बुढ़ापा कि सिरते कट्टूंगी? तू ए कर, मैनू जहर लिया के दे दे, जो मैं अखा मीच लिया ना तू जो मर्जी करता रही। मां तेरी ठीक कहती है, वो सारे तो चले गए पर तेन अजाई मौत नहीं मारना चाहती, ना ही लड़ाई तो तू कि बैठ के भी लड़ सकता। पुत मैं तेन अपनी बुक्कल च लपेट के उन्हें जालमें नजरों तो दूर लै जावगी। मेरा बचा हुआ संसार मेरी झोली में पा दे पुत। मां जिथे मेरे अपने मेरिया यादा बन के मेरे नाल नाल घूम रहे ने, तू उस पिंड नूं छड़ के जाने कह रही है? एक कर एक कंधा इतों की हर चीज के बच्चे उन्होंने रूह है, मैं किवें छड़ के चले जावा? मैं किवें अपनी कसम नूं तोड़ लवा? नहीं मां मैं पिंड नूं छड़ के नहीं जाना, मैं नहीं जाना इस पिंड नूं छड़ के। तू जाना तो चली जा, तू जाना तो चली जा। निम्मिया, ओ निम्मिया, मैं तेनू पिंड च लभदा आया तो तू इत्थे पिया। बस मामा इत्थे अख लग गई। पुत हुण तू मन जा, देखना तेरी माँ ने ना तो कल का कुछ खाधा ही ते ना कल का कुछ पीता। मामा पिंड छड के की होगा, घर छड्डना कितने सौखा? पुत अपने लिए ना सही, अपनी माँ लिए तेनू सब कुछ करना ही पैना। मामा शेरे हरी यही चाहते सी कि असी पिंड छड के चले जाइए ते वो साड़ी सारी जमीन सांभ लवे, उन्होंने त्या सारिया दिल दियाँ हो जानियां ने ना। जमीन छड्डन नूं कौन कहिंदा है? असां ठेके ते देनी है, किते उक्का थोड़ा छड्ड जानी है, पिंड गेड़ा मारदे रहांगे। पर मैं देख पुत तू ना ना कर। पर असीं जावांगे कित्थे मामा? मैं तां कहा सी मेरे को चल के रहो, पर तेरी माँ नहीं मनदी, खमली कहिंदी मेरे ते बोझ नहीं बनना चाहती। उन्हूं भला को पुछे भी भैणां भी कदी भरावां ते बोझ हुंदियां ने? बथेरा समझाया पर मनी नहीं। मां ठीक कहती है। तू भी पुत ऐ सोचदा है, तुसे मैं अपना नहीं समझते? नहीं मामा, जिवें बनती है उवें बनानी चाहिए है।
तुहाडे नालों अपने होर केड़े हो सकदे? चंगा भाई जिवें तुहाडी मर्जी। मैं कहना कि असी कुछ दूर चले जाइए तां जो मां दे दिल विचों शेरे दा डर निकल जाए। मां मां सौंगी है? मां उठ रोटी खा ला। मां इधर रोसना मेरे नाल, रोटी खा ला। मैं नहीं खानी। मां जे तू रोटी नहीं खाएगी तो बीमार हो जाएगी, अगे तू ठीक नहीं रहेगी। फिर की हो जू, मर जूंगी ना मैं। चंगा मैं मर जावा, हुण कि मैं ज्योंदिया विचों हाँ। मां तू इदा क्यों कहनी है? आहो जिदे जवान धी पुत चले जान, सिर दा साईं छड़ के चला जावे, जिदा एक पुत हो गए वह भी आखे ना लगे, वह मां ज्योंदी रह सकती है? मां तू इदा रुसना मेरे नाल, तू जिवें कहेंगी मैं उदा ही करांगा, पर तू ये मरण वाली गल फिर ना करी मेरे नाल। तू ना ना रही तो मैं किदे सारे जीवांगा, जे तू रोटी ना खादी मैं भी रोटी नहीं खानी। पता नहीं मेरे नाल क्यों सारे रुसी जाते हैं। मैं तो दसा मैं तेरे नाल रुसदा है ना मेरे पुत, ना ऐ ना कह, तू ना मेरे नाल रुसी। देख आपा ना मां पुत इतों कुछ दूर चले जावांगे, इस पिंड विच नहीं रहना पुत आपा। तू भी खा पुत ना मेरे पुत रो, मैं नहीं रोसी तेरे नाम ना। निम्या वीरा मैं सुनिया चाची तेनू लेके ये पिंड छड़ के जा रही है। आओ पैन। पर क्यों? हुनु डारे किते शेरा हुन मेरे ते वार ना करे। इन्नी भी हनेर कर दी नी, नाली ओ ता जेल विच है। हुनु जेल चो बाहर आउन लग्या केड़ा टाइम लगना, ओदे बंदे हलकाया कुत्तियां वांगू भज नट कर रहे ने हुनु छड़ाउन लई, पानी वांगू पैसा बहा रहे ने। पर हुन ता सारा पिंड तेरे नाल है ते तू हुन पिंड छड़ के जा रहे है। मैं थोड़ी छड़ के जाना चाहना, वो तो मां जिद कर रही है। चाची भी अपनी जगह ठीक है ना, सारा कुछ तो खत्म हो गया, हुण एक तू ही सहारा है। मां है ना, पर शेरे ने साथी दा हलकाने कुत्ते वांगू पाए हुए ने, वो तो चाहते ही ने कि तू ही पिंड छड़ के चला जावे। आहो जिहड़ा उन्हां दा साथ ना दे उही उन्हां दा दुश्मन है। बापू ने ताए गजन दा साथ दिता सीगा, साडा तो सारा घर ही उजड़ गया, इसे करके बस मां नूं डर लगी जांदा। निम्या हुण देर कादी है, चलो समान वाली ट्राली तो मैं तोर आया। मामा मैं तारी ते पाली दियां कोई चीजा पा रहा सी बैग च। कमला पुत केड़ियां केड़ियां लैके जाएगा तो केड़ियां केड़ियां छड़ के जाएगा? मां मैं तारी ते पाली दी याद नाल जुड़ी हुई कोई भी चीज इत्थे छड़ के नहीं जाना चाहुंदा। चलो भी चलो। चाची सानू भुलना चाहे ना पुत, कदे धीआं नू भुली दे ज्योंदियां बसदियां। ज्योंदी रहा पुत्र, बड़ सुहाग
निम्मे कदे कदे गेड़ा जरूर मार जा करी। जरूर मारूंगा यार, इत्थे नहीं आना तो मैं होर कित्थे जाना। चंगा अपना ख्याल रखियो ते अपने माँ प्यो नूं सुख दिओ। जे कदे लोड़ पई तां आवाज़ जरूर मार ली, असीं भज्जे आवांगे। मैनूं तां तुहाडे साथ दी हमेशा लोड़ है यार, तुहाडे साथ नाल ही तां मैं अपनी मंजिल तक पहुँचना। चंगा मैं चलदा। निम्या बेबे का ख्याल रखी। नसीहत नसीहत बुरे कम का बुरा नतीजा, चंगे का चंगा। सच्चाई दी जित हमेशा कहिंदा हर एक बंदा। नसीहत नसीहत उपर वाला नालो ना दे, उपर वाला नालो ना दे, साथी ना दी नीयत। नसीहत नसीहत बुरे कम दा बुरा नतीजा, चंगे दा चंगा। सच्चाई दी जित हमेशा कहिंदा हर एक बंदा। नसीहत नसीहत।